ਪ੍ਰਸ਼ਾਸਨ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਇਹਦੇ ਤੇ ਕਾਰਵਾਈ ਹੋਈ ਆ। ਜੋ ਅਸੀਂ ਗਲਤ ਕੀਤਾ ਹੋਊਗਾ ਪ੍ਰਸ਼ਾਸਨ ਸਾਡੇ ਤੇ ਵੀ ਕਾਰਵਾਈ ਕਰੂਗਾ, ਜੋ ਅਸੀਂ ਗਲਤ ਕੀਤਾ ਹੋਊਗਾ। ਪਰ ਜਿਹੜੇ ਬੰਦੇ ਤੇ 10 ਸਾਲ ਹੋ ਗਏ, ਕਿਸੇ ਦੀ ਹਿੰਮਤ ਨਹੀਂ ਪਈ, ਬਹੁਤ ਬਣੇ ਆਪਣੀ ਇੱਜ਼ਤ ਤੇ, 50-50 ਕਰੋੜ ਦੀਆਂ ਪ੍ਰਾਪਰਟੀਆਂ ਵਾਲੇ ਮਾਲਕ ਜੀ ਤੇ ਕਾਰਵਾਈ ਨਹੀਂ ਕਰਾ ਸਕੇ, ਉਹ ਮੇਰੇ ਭਰਾਵਾਂ ਨੇ ਬਾਬਾ ਮਖੂ ਸਿੰਘ, ਬਾਬਾ ਹਰਪ੍ਰੀਤ ਸਿੰਘ ਮਖੂ ਜੀ, ਪ੍ਰੋ ਬਾਜਵਾ ਵਾਲਾ ਵੀਰ ਅਬੀ ਸਿੱਧੂ, ਠੀਕ ਹੈ, ਗਗਨਦੀਪ ਵਕੀਲ ਸਾਹਿਬ, ਫਲੋਰਾ ਸਾਹਿਬ, ਸਾਰਿਆਂ ਨੇ ਸਪੋਰਟ ਕਰਕੇ ਅਤੇ ਹਜੇ ਇੱਕ ਪਰਚਾ ਕਰਾਇਆ। ਜਿਹੜਾ ਉਹ ਪਰਚਾ ਹੋਇਆ ਉਹ ਬਾਬਾ ਮਖੂ ਜੀ ਨੂੰ ਗਾਲਾਂ ਕੱਢਣ 'ਤੇ ਹੋਇਆ, ਹਜੇ ਸਾਡੇ ਵਾਲਾ ਪੈਂਡਿੰਗ। ਅਤੇ 2-4 ਚੈਨਲ ਵਾਲੇ ਇਹ ਚੀਜ਼ ਚਲਾ ਰਹੇ ਨੇ ਵੀ ਦੂਜੀ ਪਾਰਟੀ ਨੇ ਸਮਝੌਤਾ ਕਰ ਲਿਆ, ਐਂ ਕਰ ਲਿਆ, ਉਹ ਕਰ ਲਿਆ। ਬਾਬਾ ਜੀ ਗਲਤ ਗੱਲਾਂ ਨਾ ਕਰੋ, ਮੈਂ ਡੈਫਾਮੇਸ਼ਨ ਦਾ ਪਰਚਾ ਪਵਾਉਂਗਾ ਤੁਹਾਡੇ 'ਤੇ, ਮਾਨਹਾਨੀ ਦਾ। ਮੇਰਾ ਕੋਈ ਕਿਸੇ ਨਾਲ ਸਮਝੌਤਾ ਨਹੀਂ, ਮੇਰੇ ਪਰਿਵਾਰ ਦੀ ਇੱਜ਼ਤ ਰੁਲੀ ਆ। ਗੰਦ ਨੂੰ ਸਾਫ਼ ਕਰਨ ਲੱਗੇ ਆਪਣੇ ਗੰਦੇ ਦਾ, ਕੱਪੜੇ ਤਾਂ ਗੰਦੇ ਹੋ ਚੁੱਕੇ ਆ, ਪਰ ਸਾਡੇ ਸਾਰੇ ਸਮਾਜ ਨੂੰ, ਸਾਡੇ ਦਰਾਹੇ ਨੂੰ, ਸਾਰੇ ਲੋਕਾਂ ਨੂੰ ਪਤਾ ਵੀ ਅਸੀਂ ਕਿੱਦਾਂ ਦੇ ਹਾਂ, ਕਿੱਦਾਂ ਦੇ ਨਹੀਂ, ਠੀਕ ਹੈ ਨਾ। ਸਾਨੂੰ ਹਰੇਕ ਤਾਇਆ, ਚਾਚਾ, ਮਾਮਾ, ਭੂਆ ਸਾਰੇ ਮਹੱਤਵ ਰੱਖਦੇ, ਰਿਸ਼ਤੇਦਾਰ, ਸੋ ਸਾਰੇ ਸਾਡੇ ਨਾਲ, ਸਮਾਜ ਸਾਡੇ ਨਾਲ ਖੜ੍ਹੇ ਆ। ਜਦੋਂ ਮਰਜ਼ੀ ਆ ਕੇ ਇਨਕੁਆਇਰੀ ਕਰ ਲਿਓ, ਉੱਦਣ ਵੀ ਅਸੀਂ ਕੰਪਲੇਂਟ ਦੇਣ ਗਏ ਸੀ, 100 ਤੋਂ ਵੱਧ ਬੰਦਾ ਨਾਲ ਸੀ ਦਰਾਹੇ। ਗੱਲ ਕਹਿਣ ਦਾ ਮਤਲਬ ਇਹ ਆ ਵੀ ਸਾਡਾ ਕੋਈ ਸਮਝੌਤਾ ਨਹੀਂ ਇਹਦੇ ਨਾਲ, ਇਹਦੇ ਨਾਲ ਕਾਹਦਾ ਸਮਝੌਤਾ। ਸੋ ਬਾਈ ਬਣ ਕੇ ਗਲਤ ਅਫਵਾਹਾਂ ਨਾ ਫੈਲਾਓ, ਜੋ ਅਸੀਂ ਗਲਤ ਕੀਤਾ ਹੋਊਗਾ ਕਾਨੂੰਨ ਸਭ ਤੋਂ ਉੱਤੇ ਆ, ਪ੍ਰਸ਼ਾਸਨ ਸਭ ਤੋਂ ਉੱਤੇ ਆ, ਉਹ ਕਾਰਵਾਈ ਕਰ ਦੇਣਗੇ ਜੇ ਅਸੀਂ ਕੁਛ ਗਲਤ ਕੀਤਾ ਹੋਊਗਾ। ਪਰ ਜਿਹੜਾ ਇਹਨੇ ਮੇਰੇ ਪਰਿਵਾਰ ਨਾਲ ਧੱਕਾ ਕੀਤਾ, ਮੈਂ ਰਹਿੰਦੀ ਦੁਨੀਆ ਤੱਕ, ਰਹਿੰਦੀ ਜ਼ਿੰਦਗੀ ਤੱਕ ਇਹਦੇ ਨਾਲ ਕਦੀ ਸਮਝੌਤਾ ਨਹੀਂ ਕਰੂੰਗਾ। ਇਹ ਗੱਲ ਨੋਟ ਕਰ ਲਿਓ। ਪ੍ਰਸ਼ਾਸਨ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਇਹਦੇ 'ਤੇ ਕਾਰਵਾਈ ਹੋਈ ਆ। ਜੋ ਅਸੀਂ ਗਲਤ ਕੀਤਾ ਹੋਊਗਾ ਪ੍ਰਸ਼ਾਸਨ ਸਾਡੇ 'ਤੇ ਵੀ ਕਾਰਵਾਈ ਕਰੂਗਾ, ਜੋ ਅਸੀਂ ਗਲਤ ਕੀਤਾ ਹੋਊਗਾ। ਪਰ ਜਿਹੜੇ ਬੰਦੇ 'ਤੇ 10 ਸਾਲ ਹੋ ਗਏ, ਕਿਸੇ ਦੀ ਹਿੰਮਤ ਨਹੀਂ ਪਈ, ਬਹੁਤ ਬਣੇ ਆਪਣੀ ਇੱਜ਼ਤ 'ਤੇ, 50-50 ਕਰੋੜ ਦੀਆਂ ਪ੍ਰਾਪਰਟੀਆਂ ਵਾਲੇ ਮਾਲਕ ਜੀ 'ਤੇ ਕਾਰਵਾਈ ਨਹੀਂ ਕਰਾ ਸਕੇ, ਉਹ ਮੇਰੇ ਭਰਾਵਾਂ ਨੇ ਬਾਬਾ ਮਖੂ ਸਿੰਘ, ਬਾਬਾ ਹਰਪ੍ਰੀਤ ਸਿੰਘ ਮਖੂ ਜੀ, ਪ੍ਰੋ ਬਾਜਵਾ ਵਾਲਾ ਵੀਰ ਅਬੀ ਸਿੱਧੂ, ਠੀਕ ਹੈ, ਗਗਨਦੀਪ ਵਕੀਲ ਸਾਹਿਬ, ਫਲੋਰਾ ਸਾਹਿਬ, ਸਾਰਿਆਂ ਨੇ ਸਪੋਰਟ ਕਰਕੇ ਅਤੇ ਹਜੇ ਇੱਕ ਪਰਚਾ ਕਰਾਇਆ। ਜਿਹੜਾ ਉਹ ਪਰਚਾ ਹੋਇਆ ਉਹ ਬਾਬਾ ਮਖੂ ਜੀ ਨੂੰ ਗਾਲਾਂ ਕੱਢਣ 'ਤੇ ਹੋਇਆ, ਹਜੇ ਸਾਡੇ ਵਾਲਾ ਪੈਂਡਿੰਗ। ਅਤੇ 2-4 ਚੈਨਲ ਵਾਲੇ ਇਹ ਚੀਜ਼ ਚਲਾ ਰਹੇ ਨੇ ਵੀ ਦੂਜੀ ਪਾਰਟੀ ਨੇ ਸਮਝੌਤਾ ਕਰ ਲਿਆ, ਐਂ ਕਰ ਲਿਆ, ਉਹ ਕਰ ਲਿਆ। ਬਾਬਾ ਜੀ ਗਲਤ ਗੱਲਾਂ ਨਾ ਕਰੋ, ਮੈਂ ਡੈਫਾਮੇਸ਼ਨ ਦਾ ਪਰਚਾ ਪਵਾਉਂਗਾ ਤੁਹਾਡੇ 'ਤੇ, ਮਾਨਹਾਨੀ ਦਾ। ਮੇਰਾ ਕੋਈ ਕਿਸੇ ਨਾਲ ਸਮਝੌਤਾ ਨਹੀਂ, ਮੇਰੇ ਪਰਿਵਾਰ ਦੀ ਇੱਜ਼ਤ ਰੁਲੀ ਆ। ਗੰਦ ਨੂੰ ਸਾਫ਼ ਕਰਨ ਲੱਗੇ ਆਪਣੇ ਗੰਦੇ ਦਾ, ਕੱਪੜੇ ਤਾਂ ਗੰਦੇ ਹੋ ਚੁੱਕੇ ਆ, ਪਰ ਸਾਡੇ ਸਾਰੇ ਸਮਾਜ ਨੂੰ, ਸਾਡੇ ਦਰਾਹੇ ਨੂੰ, ਸਾਰੇ ਲੋਕਾਂ ਨੂੰ ਪਤਾ ਵੀ ਅਸੀਂ ਕਿੱਦਾਂ ਦੇ ਹਾਂ, ਕਿੱਦਾਂ ਦੇ ਨਹੀਂ, ਠੀਕ ਹੈ ਨਾ। ਸਾਨੂੰ ਹਰੇਕ ਤਾਇਆ, ਚਾਚਾ, ਮਾਮਾ, ਭੂਆ ਸਾਰੇ ਮਹੱਤਵ ਰੱਖਦੇ, ਰਿਸ਼ਤੇਦਾਰ, ਸੋ ਸਾਰੇ ਸਾਡੇ ਨਾਲ, ਸਮਾਜ ਸਾਡੇ ਨਾਲ ਖੜ੍ਹੇ ਆ। ਜਦੋਂ ਮਰਜ਼ੀ ਆ ਕੇ ਇਨਕੁਆਇਰੀ ਕਰ ਲਿਓ, ਉੱਦਣ ਵੀ ਅਸੀਂ ਕੰਪਲੇਂਟ ਦੇਣ ਗਏ ਸੀ, 100 ਤੋਂ ਵੱਧ ਬੰਦਾ ਨਾਲ ਸੀ ਦਰਾਹੇ। ਗੱਲ ਕਹਿਣ ਦਾ ਮਤਲਬ ਇਹ ਆ ਵੀ ਸਾਡਾ ਕੋਈ ਸਮਝੌਤਾ ਨਹੀਂ ਇਹਦੇ ਨਾਲ, ਇਹਦੇ ਨਾਲ ਕਾਹਦਾ ਸਮਝੌਤਾ। ਸੋ ਬਾਈ ਬਣ ਕੇ ਗਲਤ ਅਫਵਾਹਾਂ ਨਾ ਫੈਲਾਓ, ਜੋ ਅਸੀਂ ਗਲਤ ਕੀਤਾ ਹੋਊਗਾ ਕਾਨੂੰਨ ਸਭ ਤੋਂ ਉੱਤੇ ਆ, ਪ੍ਰਸ਼ਾਸਨ ਸਭ ਤੋਂ ਉੱਤੇ ਆ, ਉਹ ਕਾਰਵਾਈ ਕਰ ਦੇਣਗੇ ਜੇ ਅਸੀਂ ਕੁਛ ਗਲਤ ਕੀਤਾ ਹੋਊਗਾ। ਪਰ ਜਿਹੜਾ ਇਹਨੇ ਮੇਰੇ ਪਰਿਵਾਰ ਨਾਲ ਧੱਕਾ ਕੀਤਾ, ਮੈਂ ਰਹਿੰਦੀ ਦੁਨੀਆ ਤੱਕ, ਰਹਿੰਦੀ ਜ਼ਿੰਦਗੀ ਤੱਕ ਇਹਦੇ ਨਾਲ ਕਦੀ ਸਮਝੌਤਾ ਨਹੀਂ ਕਰੂੰਗਾ। ਇਹ ਗੱਲ ਨੋਟ ਕਰ ਲਿਓ। ਪ੍ਰਸ਼ਾਸਨ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਇਹਦੇ 'ਤੇ ਕਾਰਵਾਈ ਹੋਈ ਆ। ਜੋ ਅਸੀਂ ਗਲਤ ਕੀਤਾ ਹੋਊਗਾ ਪ੍ਰਸ਼ਾਸਨ ਸਾਡੇ 'ਤੇ ਵੀ ਕਾਰਵਾਈ ਕਰੂਗਾ, ਜੋ ਅਸੀਂ ਗਲਤ ਕੀਤਾ ਹੋਊਗਾ।
ਪਰ ਜਿਹੜੇ ਬੰਦੇ ਤੇ 10 ਸਾਲ ਹੋ ਗਏ, ਕਿਸੇ ਦੀ ਹਿੰਮਤ ਨਹੀਂ ਪਈ, ਬਹੁਤ ਬਣੇ ਆਪਣੀ ਇੱਜ਼ਤ ਤੇ, 50-50 ਕਰੋੜ ਦੀਆਂ ਪ੍ਰਾਪਰਟੀਆਂ ਵਾਲੇ ਮਾਲਕ ਜੀ ਤੇ ਕਾਰਵਾਈ ਨਹੀਂ ਕਰਾ ਸਕੇ, ਉਹ ਮੇਰੇ ਭਰਾਵਾਂ ਨੇ ਬਾਬਾ ਮਖੂ ਸਿੰਘ, ਬਾਬਾ ਹਰਪ੍ਰੀਤ ਸਿੰਘ ਮਖੂ ਜੀ, ਪ੍ਰੋ ਬਾਜਵਾ ਵਾਲਾ ਵੀਰ ਆਬੀ ਸਿੱਧੂ, ਠੀਕ ਹੈ, ਗਗਨਦੀਪ ਵਕੀਲ ਸਾਹਿਬ, ਫਲੋਰਾ ਸਾਹਿਬ, ਸਾਰਿਆਂ ਨੇ ਸਪੋਰਟ ਕਰਕੇ ਤੇ ਹਜੇ ਇੱਕ ਪਰਚਾ ਕਰਾਇਆ। ਜਿਹੜਾ ਉਹ ਪਰਚਾ ਹੋਇਆ ਉਹ ਬਾਬਾ ਮਖੂ ਜੀ ਨੂੰ ਗਾਲਾਂ ਕੱਢਣ 'ਤੇ ਹੋਇਆ, ਹਜੇ ਸਾਡੇ ਵਾਲਾ ਪੈਂਡਿੰਗ। ਅਤੇ 2-4 ਚੈਨਲ ਵਾਲੇ ਇਹ ਚੀਜ਼ ਚਲਾ ਰਹੇ ਨੇ ਵੀ ਦੂਜੀ ਪਾਰਟੀ ਨੇ ਸਮਝੌਤਾ ਕਰ ਲਿਆ, ਐਂ ਕਰ ਲਿਆ, ਉਹ ਕਰ ਲਿਆ। ਬਾਬਾ ਜੀ ਗਲਤ ਗੱਲਾਂ ਨਾ ਕਰੋ, ਮੈਂ ਡੈਫਾਮੇਸ਼ਨ ਦਾ ਪਰਚਾ ਪਵਾਉਂਗਾ ਤੁਹਾਡੇ 'ਤੇ, ਮਾਨਹਾਨੀ ਦਾ। ਮੇਰਾ ਕੋਈ ਕਿਸੇ ਨਾਲ ਸਮਝੌਤਾ ਨਹੀਂ, ਮੇਰੇ ਪਰਿਵਾਰ ਦੀ ਇੱਜ਼ਤ ਰੁਲੀ ਆ। ਗੰਦ ਨੂੰ ਸਾਫ਼ ਕਰਨ ਲੱਗੇ ਆਪਣੇ ਗੰਦੇ ਦਾ, ਕੱਪੜੇ ਤਾਂ ਗੰਦੇ ਹੋ ਚੁੱਕੇ ਆ, ਪਰ ਸਾਡੇ ਸਾਰੇ ਸਮਾਜ ਨੂੰ, ਸਾਡੇ ਦਰਾਹੇ ਨੂੰ, ਸਾਰੇ ਲੋਕਾਂ ਨੂੰ ਪਤਾ ਵੀ ਅਸੀਂ ਕਿੱਦਾਂ ਦੇ ਹਾਂ, ਕਿੱਦਾਂ ਦੇ ਨਹੀਂ, ਠੀਕ ਹੈ ਨਾ। ਸਾਨੂੰ ਹਰੇਕ ਤਾਇਆ, ਚਾਚਾ, ਮਾਮਾ, ਭੂਆ ਸਾਰੇ ਮਹੱਤਵ ਰੱਖਦੇ, ਰਿਸ਼ਤੇਦਾਰ, ਸੋ ਸਾਰੇ ਸਾਡੇ ਨਾਲ, ਸਮਾਜ ਸਾਡੇ ਨਾਲ ਖੜ੍ਹੇ ਆ। ਜਦੋਂ ਮਰਜ਼ੀ ਆ ਕੇ ਇਨਕੁਆਇਰੀ ਕਰ ਲਿਓ, ਉੱਦਣ ਵੀ ਅਸੀਂ ਕੰਪਲੇਂਟ ਦੇਣ ਗਏ ਸੀ, 100 ਤੋਂ ਵੱਧ ਬੰਦਾ ਨਾਲ ਸੀ ਦਰਾਹੇ। ਗੱਲ ਕਹਿਣ ਦਾ ਮਤਲਬ ਇਹ ਆ ਵੀ ਸਾਡਾ ਕੋਈ ਸਮਝੌਤਾ ਨਹੀਂ ਇਹਦੇ ਨਾਲ, ਇਹਦੇ ਨਾਲ ਕਾਹਦਾ ਸਮਝੌਤਾ। ਸੋ ਬਾਈ ਬਣ ਕੇ ਗਲਤ ਅਫਵਾਹਾਂ ਨਾ ਫੈਲਾਓ, ਜੋ ਅਸੀਂ ਗਲਤ ਕੀਤਾ ਹੋਊਗਾ ਕਾਨੂੰਨ ਸਭ ਤੋਂ ਉੱਤੇ ਆ, ਪ੍ਰਸ਼ਾਸਨ ਸਭ ਤੋਂ ਉੱਤੇ ਆ, ਉਹ ਕਾਰਵਾਈ ਕਰ ਦੇਣਗੇ ਜੇ ਅਸੀਂ ਕੁਛ ਗਲਤ ਕੀਤਾ ਹੋਊਗਾ। ਪਰ ਜਿਹੜਾ ਇਹਨੇ ਮੇਰੇ ਪਰਿਵਾਰ ਨਾਲ ਧੱਕਾ ਕੀਤਾ, ਮੈਂ ਰਹਿੰਦੀ ਦੁਨੀਆ ਤੱਕ, ਰਹਿੰਦੀ ਜ਼ਿੰਦਗੀ ਤੱਕ ਇਹਦੇ ਨਾਲ ਕਦੀ ਸਮਝੌਤਾ ਨਹੀਂ ਕਰੂੰਗਾ। ਇਹ ਗੱਲ ਨੋਟ ਕਰ ਲਿਓ। ਪ੍ਰਸ਼ਾਸਨ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਇਹਦੇ 'ਤੇ ਕਾਰਵਾਈ ਹੋਈ ਆ। ਜੋ ਅਸੀਂ ਗਲਤ ਕੀਤਾ ਹੋਊਗਾ ਪ੍ਰਸ਼ਾਸਨ ਸਾਡੇ 'ਤੇ ਵੀ ਕਾਰਵਾਈ ਕਰੂਗਾ, ਜੋ ਅਸੀਂ ਗਲਤ ਕੀਤਾ ਹੋਊਗਾ। ਪਰ ਜਿਹੜੇ ਬੰਦੇ 'ਤੇ 10 ਸਾਲ ਹੋ ਗਏ, ਕਿਸੇ ਦੀ ਹਿੰਮਤ ਨਹੀਂ ਪਈ, ਬਹੁਤ ਬਣੇ ਆਪਣੀ ਇੱਜ਼ਤ 'ਤੇ, 50-50 ਕਰੋੜ ਦੀਆਂ ਪ੍ਰਾਪਰਟੀਆਂ ਵਾਲੇ ਮਾਲਕ ਜੀ 'ਤੇ ਕਾਰਵਾਈ ਨਹੀਂ ਕਰਾ ਸਕੇ, ਉਹ ਮੇਰੇ ਭਰਾਵਾਂ ਨੇ ਬਾਬਾ ਮਖੂ ਸਿੰਘ, ਬਾਬਾ ਹਰਪ੍ਰੀਤ ਸਿੰਘ ਮਖੂ ਜੀ, ਪ੍ਰੋ ਬਾਜਵਾ ਵਾਲਾ ਵੀਰ ਆਬੀ ਸਿੱਧੂ, ਠੀਕ ਹੈ, ਗਗਨਦੀਪ ਵਕੀਲ ਸਾਹਿਬ, ਫਲੋਰਾ ਸਾਹਿਬ, ਸਾਰਿਆਂ ਨੇ ਸਪੋਰਟ ਕਰਕੇ ਤੇ ਹਜੇ ਇੱਕ ਪਰਚਾ ਕਰਾਇਆ। ਜਿਹੜਾ ਉਹ ਪਰਚਾ ਹੋਇਆ ਉਹ ਬਾਬਾ ਮਖੂ ਜੀ ਨੂੰ ਗਾਲਾਂ ਕੱਢਣ 'ਤੇ ਹੋਇਆ, ਹਜੇ ਸਾਡੇ ਵਾਲਾ ਪੈਂਡਿੰਗ। ਅਤੇ 2-4 ਚੈਨਲ ਵਾਲੇ ਇਹ ਚੀਜ਼ ਚਲਾ ਰਹੇ ਨੇ ਵੀ ਦੂਜੀ ਪਾਰਟੀ ਨੇ ਸਮਝੌਤਾ ਕਰ ਲਿਆ, ਐਂ ਕਰ ਲਿਆ, ਉਹ ਕਰ ਲਿਆ। ਬਾਬਾ ਜੀ ਗਲਤ ਗੱਲਾਂ ਨਾ ਕਰੋ, ਮੈਂ ਡੈਫਾਮੇਸ਼ਨ ਦਾ ਪਰਚਾ ਪਵਾਉਂਗਾ ਤੁਹਾਡੇ 'ਤੇ, ਮਾਨਹਾਨੀ ਦਾ। ਮੇਰਾ ਕੋਈ ਕਿਸੇ ਨਾਲ ਸਮਝੌਤਾ ਨਹੀਂ, ਮੇਰੇ ਪਰਿਵਾਰ ਦੀ ਇੱਜ਼ਤ ਰੁਲੀ ਆ। ਗੰਦ ਨੂੰ ਸਾਫ਼ ਕਰਨ ਲੱਗੇ ਆਪਣੇ ਗੰਦੇ ਦਾ, ਕੱਪੜੇ ਤਾਂ ਗੰਦੇ ਹੋ ਚੁੱਕੇ ਆ, ਪਰ ਸਾਡੇ ਸਾਰੇ ਸਮਾਜ ਨੂੰ, ਸਾਡੇ ਦਰਾਹੇ ਨੂੰ, ਸਾਰੇ ਲੋਕਾਂ ਨੂੰ ਪਤਾ ਵੀ ਅਸੀਂ ਕਿੱਦਾਂ ਦੇ ਹਾਂ, ਕਿੱਦਾਂ ਦੇ ਨਹੀਂ, ਠੀਕ ਹੈ ਨਾ। ਸਾਨੂੰ ਹਰੇਕ ਤਾਇਆ, ਚਾਚਾ, ਮਾਮਾ, ਭੂਆ ਸਾਰੇ ਮਹੱਤਵ ਰੱਖਦੇ, ਰਿਸ਼ਤੇਦਾਰ, ਸੋ ਸਾਰੇ ਸਾਡੇ ਨਾਲ, ਸਮਾਜ ਸਾਡੇ ਨਾਲ ਖੜ੍ਹੇ ਆ। ਜਦੋਂ ਮਰਜ਼ੀ ਆ ਕੇ ਇਨਕੁਆਇਰੀ ਕਰ ਲਿਓ, ਉੱਦਣ ਵੀ ਅਸੀਂ ਕੰਪਲੇਂਟ ਦੇਣ ਗਏ ਸੀ, 100 ਤੋਂ ਵੱਧ ਬੰਦਾ ਨਾਲ ਸੀ ਦਰਾਹੇ। ਗੱਲ ਕਹਿਣ ਦਾ ਮਤਲਬ ਇਹ ਆ ਵੀ ਸਾਡਾ ਕੋਈ ਸਮਝੌਤਾ ਨਹੀਂ ਇਹਦੇ ਨਾਲ ਕਾਹਦਾ ਸਮਝੌਤਾ। ਸੋ ਬਾਈ ਬਣ ਕੇ ਗਲਤ ਅਫਵਾਹਾਂ ਨਾ ਫੈਲਾਓ, ਜੋ ਅਸੀਂ ਗਲਤ ਕੀਤਾ ਹੋਊਗਾ ਕਾਨੂੰਨ ਸਭ ਤੋਂ ਉੱਤੇ ਆ, ਪ੍ਰਸ਼ਾਸਨ ਸਭ ਤੋਂ ਉੱਤੇ ਆ।